ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਦਰਸ਼ਨ ਕੌਰ ਬਿਰਾਦਪੁਰ। ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ। ਅੱਜ ਅਸੀਂ ਪਹੁੰਚੇ ਹਾਂ ਮਹਿਤਾ ਚੌਂਕ, ਜੋ ਕਿ ਗੁਰਦੁਆਰਾ ਇਤਿਹਾਸੀ ਹੈ, ਬਹੁਤ ਜ਼ਿਆਦਾ ਵਧੀਆ ਅਤੇ ਪਵਿੱਤਰ ਸਥਾਨ ਆ। ਅਤੇ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਬਹੁਤ ਇੱਥੇ ਆਣ ਕੇ ਵਿੱਦਿਆ ਸਿੱਖਦੇ ਰਹੇ ਆ। ਅਤੇ ਅੱਜ ਤੁਹਾਨੂੰ ਉਹ ਇਤਿਹਾਸ ਜੋ ਵੀ ਆ ਬਾਬਾ ਜੀ ਦਾ, ਉਹ ਵੀ ਜਾਣੂ ਕਰਵਾਵਾਂਗੇ। ਅਤੇ ਨਾਲ ਹੀ ਆਪਾਂ ਸਿੰਘਾਂ ਸਾਹਿਬਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ। ਅਤੇ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਕਰਾਂਗੇ। ਕਹਿੰਦਾ ਮੈਨੂੰ ਕਹਾਂਗੇ ਗੁਰਦੁਆਰਾ ਦਾ ਬਿਲਕੁਲ ਜ਼ੂਮ ਕਰਕੇ ਦਿਖਾਇਆ ਜਾਵੇ ਸੰਗਤਾਂ ਨੂੰ। ਅਤੇ ਆਓ ਤੁਹਾਨੂੰ ਹੁਣ ਗੱਲਬਾਤ ਕਰਾਉਂਦੇ ਹਾਂ, ਜੋ ਕਿ ਇੱਥੇ ਦੇ ਵੀਰ ਸਾਡੇ ਸਿੰਘ ਸਾਹਿਬ ਇਤਿਹਾਸ ਜਾਣਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਜੋ ਇੱਥੇ ਦਾ ਇਤਿਹਾਸ ਆ ਉਹਦੇ ਵਾਸਤੇ ਥੋੜ੍ਹਾ ਜਿਹਾ ਚਾਨਣਾ ਪਾਓ। ਹਾਂਜੀ, ਇਹ ਦਮਦਮਾ ਟਕਸਾਲ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਵਨਵਤੀ ਪੰਚਮੀ ਤੋਂ ਸ੍ਰੀ ਦਮਦਮਾ ਸਾਹਿਬ ਤੋਂ ਚਲਾਈ, ਜਿਹਦਾ ਮੁੱਖ ਪ੍ਰਸ਼ਾਦ ਮਹਾਰਾਜ ਦੇ ਪਾਤਸ਼ਾਹ ਨੇ ਗੁਰਬਾਣੀ ਪੜ੍ਹਾਉਣੀ, ਗੁਰਬਾਣੀ ਲਿਖਣੀ ਲਿਖਾਉਣੀ ਅਤੇ ਗੁਰਬਾਣੀ ਦੇ ਅਰਥਾਂ ਦਾ ਪ੍ਰਚਾਰ ਰੱਖਣਾ, ਗੁਰਬਾਣੀ ਦੇ ਅਰਥਾਂ ਦੀ ਸੰਸਥਾ ਮਹਾਰਾਜ ਨੇ ਆਪਣੇ ਕਰ ਕਮਲਾਂ ਤੋਂ ਚਲਾਈ ਹੈ। ਉਹਦੇ 12ਵੇਂ ਮੁਖੀ ਹੋਏ ਆ ਸ੍ਰੀਮਾਨ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹ ਮਹਾਂਪੁਰਖ ਅਤੇ ਦਮਦਮੇ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹ ਇਸ ਨਗਰ ਦੇ ਵਿੱਚ ਗੁਰਮਤਿ ਪ੍ਰਚਾਰ ਵਾਸਤੇ ਗੁਰਮਤਿ ਦੀ ਗੁਰਬਾਣੀ ਦੀ ਕਥਾ ਲੜੀਵਾਰ ਕਰਦਿਆਂ ਇੱਥੇ ਕਈ ਕਈ ਦਿਨ ਲਗਾਤਾਰ ਇਸ ਨਗਰ 'ਚ ਰਹਿੰਦੇ ਸੀ। ਮਹਾਂਪੁਰਖਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 1969 ਦੇ ਵਿੱਚ ਇੱਥੇ ਆ ਕੇ ਆਪਣੀ ਆਖਰੀ ਕਥਾ ਕੀਤੀ ਅਤੇ ਇੱਥੇ ਆਪਣਾ ਪੰਚਭੂਤਕ ਸਰੀਰ ਛੱਡਿਆ। ਅਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਆਲੀਸ਼ਾਨ ਸਥਾਨ ਜਿਹੜਾ ਬਣਾਇਆ। ਇਸ ਸਥਾਨ ਦਾ ਪੰਥ ਦੇ ਵਿੱਚ ਬਹੁਤ ਵੱਡਾ ਅਹਿਮ ਸਥਾਨ ਆ, ਪੰਥ ਦੇ ਬਹੁਤ ਬਹੁਤ ਵੱਡੇ ਜਿਹੜੇ ਫੈਸਲੇ ਆ ਉਹ ਇਸ ਸਥਾਨ ਤੋਂ ਹੋਏ ਆ। ਅਤੇ ਬਾਬਾ ਜੀ, ਜਿਹੜੇ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਜੀ ਆ, ਅਸੀਂ ਸੁਣਿਆ ਵਾ ਕਿ ਇੱਥੇ ਹੀ ਉਹ ਆਪਣੀ ਵਿੱਦਿਆ ਕਰਦੇ ਰਹੇ ਆ, ਅਤੇ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ। ਹਾਂਜੀ, ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਜਦੋਂ ਮੋਗੇ ਦੇ ਇਲਾਕੇ ਵਿੱਚ ਪ੍ਰਚਾਰ ਫੇਰੀ 'ਤੇ ਗਏ ਅਤੇ ਨਗਰ ਰੋਡੇ ਗਏ, ਉੱਥੋਂ ਬਾਪੂ ਜੋਗਿੰਦਰ ਸਿੰਘ ਜੀ ਤੋਂ ਉਹਨਾਂ ਦੇ ਪਰਿਵਾਰ ਦੇ ਨਾਲ ਟਕਸਾਲ ਦਾ ਬੜਾ ਰਿਲੇਸ਼ਨ ਸੀ। ਉਹਨਾਂ ਤੋਂ ਮਹਾਂਪੁਰਖਾਂ ਨੇ ਜਾ ਕੇ ਆਪ ਮੰਗ ਕੀਤੀ ਕਿ ਭਾਈ ਜੋਗਿੰਦਰ ਸਿੰਘ, ਇੱਕ ਭਜੰਗੀ ਸਾਨੂੰ ਦਮਦਮੀ ਟਕਸਾਲ ਜਥੇਬੰਦੀ ਨੂੰ ਦਿਓ। ਉਹਨਾਂ ਨੂੰ ਘਰੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੂੰ ਘਰੋਂ ਫਿਰ ਉਹ ਮੰਗ ਕੇ ਲਿਆਏ ਸੀ, ਇੱਥੇ ਲਿਆ ਕੇ ਜਥੇ 'ਚ ਭਰਤੀ ਕੀਤਾ। ਇਸ ਸਥਾਨ 'ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਐਜ਼ ਏ ਵਿਦਿਆਰਥੀ ਵੀ ਰਹੇ, ਬਹੁਤ ਲੰਮਾ ਸਮਾਂ ਇੱਥੇ ਰਹਿ ਕੇ ਗੁਰਮਤਿ ਵਿੱਦਿਆ, ਬ੍ਰਹਮ ਵਿੱਦਿਆ ਉਹਨਾਂ ਨੇ ਪੜ੍ਹੀ, ਇੱਥੇ ਰਹਿ ਕੇ ਗੁਰਸਿੱਖੀ ਜੀਵਨ ਕਮਾਇਆ, ਬੜੀ ਤਪੱਸਿਆ ਕੀਤੀ। ਅਤੇ ਇਹੀ ਉਹ ਸਥਾਨ ਹੈ ਜਿੱਥੋਂ ਮਹਾਂਪੁਰਖਾਂ ਨੂੰ ਦਮਦਮੀ ਟਕਸਾਲ ਦੇ ਮੁਖੀ ਹੋਣ ਦੀ ਬਖਸ਼ਿਸ਼ ਮਿਲੀ। ਇੱਥੇ ਹੀ ਇਹ ਜਿਹੜੀ ਸਾਹਮਣੇ ਜੋੜੀ ਆ, ਇਸ ਜੋੜੀ ਦੇ ਵਿੱਚ ਉਹਨਾਂ ਨੂੰ ਦਸਤਾਰਬੰਦੀ ਹੋਈ ਅਤੇ ਇਹ ਉਹ ਸਾਹਮਣੇ ਉਸ ਬਿਲਡਿੰਗ ਦੇ ਵਿੱਚ ਉੱਪਰ ਕਮਰਾ ਹੈ, ਉਹ ਜਿਉਂ ਦਾ ਅਸੀਂ ਜਾ ਕੇ ਕੈਮਰਾਮੈਨ ਨੂੰ ਕਹਾਂਗੇ ਕਿ ਅਸੀਂ ਜਾ ਕੇ ਉੱਪਰ ਦਰਸ਼ਨ ਜ਼ਰੂਰ ਕਰਾਵਾਂਗੇ ਅਤੇ ਬਾਬਾ ਜੀ ਸਾਨੂੰ ਲੈ ਜਾਣਗੇ ਅਤੇ ਅਸੀਂ ਉਹ ਜਾ ਕੇ ਤੁਹਾਨੂੰ ਜਿੱਥੇ ਮਹਾਰਾਜ ਜੀ ਕੀ ਕਰਦੇ ਸੀਗੇ। ਹਾਂਜੀ, ਇੱਥੇ ਦਸਤਾਰ ਸਜਾਉਂਦੇ ਸੀ ਕਿ ਜਾਂ ਇੱਥੇ ਦਸਤਾਰਬੰਦੀ ਹੋਈ ਜੀ, ਉਹ ਮੁਖੀ ਬਣੇ ਦਮਦਮੇ ਟਕਸਾਲ ਦੇ, ਇਹ ਉਹਨਾਂ ਦਾ ਨਿਵਾਸ ਸਥਾਨ ਕਮਰਾ, ਇੱਥੇ ਹੀ ਉਹ ਰਹੇ ਆ ਅਤੇ ਇੱਥੇ ਹੀ ਉਹਨਾਂ ਨੇ ਵਿੱਦਿਆ ਪੜ੍ਹੀ ਆ, ਜਿੱਥੇ ਰਹਿ ਕੇ ਇਸ ਕਮਰੇ 'ਚ ਮੁਖੀ ਬਣਨ ਤੋਂ ਬਾਅਦ ਵੀ ਸਧਾਰਨ ਜੀਵਨ ਦੇ ਵਿੱਚ ਆਮ ਜਿਵੇਂ ਸਿੰਘ ਕਮਰਿਆਂ 'ਚ ਰਹਿੰਦੇ ਆ, ਇਸੇ ਤਰ੍ਹਾਂ ਇਸ ਕਮਰੇ 'ਚ ਰਹਿ ਕੇ ਅਤੇ ਉਹ ਪੰਥ ਦੀਆਂ ਸੇਵਾਵਾਂ ਕਰਦੇ ਰਹੇ। ਇੱਥੋਂ ਹੀ ਧਰਮਜੋਤ ਮੋਰਚੇ ਦੀ ਆਰੰਭਤਾ ਵਾਸਤੇ ਮਹਾਂਪੁਰਖ ਆਖਰੀ ਵਾਰੀ ਇਸ ਨਿਵਾਸ ਸਥਾਨ ਤੋਂ ਗਏ ਆ, ਫਿਰ ਜਾ ਕੇ ਪੰਥ ਦੀ ਅਗਵਾਈ ਕਰਦਿਆਂ ਧਰਮਜੋਤ ਮੋਰਚੇ ਦੇ ਵਿੱਚ ਉਹਨਾਂ ਮਹਾਂਪੁਰਖਾਂ ਨੇ ਸ਼ਹਾਦਤ ਦਿੱਤੀ ਆ ਅਤੇ ਪੰਥ ਦੇ ਇਤਿਹਾਸ ਦੇ ਵਿੱਚ ਅਮਰ ਹੋਈ ਆ।
ਜੀ ਤੁਹਾਡਾ ਕਹਿੰਦਾ ਭਾਵ ਹੈ ਵੀ ਉਹਨਾਂ ਆਲੀਸ਼ਾਨ ਕੋਠੀਆਂ ਦੀ ਉਹਨਾਂ ਨੂੰ ਕੋਈ ਮਤਲਬ ਜ਼ਰੂਰਤ ਨਹੀਂ, ਇੱਕ ਉਹਨਾਂ ਨੋਰਮਲੀ ਕਮਰੇ ਦੇ ਵਿੱਚ ਆਪਣੇ ਜੋ ਸ਼ੁਰੂਆਤ ਕੀਤੀ ਹੈ ਅਤੇ ਇੱਥੇ ਹੀ ਜੋ ਆਪਣਾ ਲੜਨਾ ਸਿਖਾਇਆ ਵਾ ਸਿੱਖ ਧਰਮ ਦੇ ਹੱਕ ਸੱਚ 'ਤੇ ਲੜਨਾ। ਹਾਂਜੀ ਹਾਂਜੀ, ਇਹ ਜਿੰਨੀ ਬਖਸ਼ਿਸ਼ ਆ ਉਹਨਾਂ ਨੂੰ ਦਮਦਮੀ ਟਕਸਾਲ ਸੰਸਥਾ ਦੇ ਵਿੱਚ ਰਹਿ ਕੇ ਜਿਹੜਾ ਸਧਾਰਨ ਜੀਵਨ ਗੁਰਸਿੱਖਾਂ ਵਾਲਾ ਜਿਉਣਾ ਸਿਖਾਇਆ ਜਾਂਦਾ, ਉਹੀ ਜੀਵਨ ਪੱਧਤੀ ਉਹੀ ਜੀਵਨ ਸ਼ੈਲੀ ਉਹਨਾਂ ਨੇ ਆਪਣੀ ਰੱਖੀ ਆ, ਉਸੇ ਤਰ੍ਹਾਂ ਸਧਾਰਨ ਸਿੰਘਾਂ ਦੇ ਸਧਾਰਨ ਸਿੰਘ ਬਣ ਕੇ ਰਹੇ ਆ, ਅਤੇ ਇੱਥੋਂ ਹੀ ਜਾ ਕੇ ਉਹਨਾਂ ਨੇ ਫਿਰ ਅੱਗੇ ਪੰਥ ਦੀ ਅਗਵਾਈ ਕੀਤੀ ਹੈ। ਇਹ ਸਨ ਬਾਬਾ ਜੀ ਦਾ ਇਤਿਹਾਸ, ਸੰਤ ਜਰਨੈਲ ਸਿੰਘ ਪਿੰਡਰਾਲੇ ਜੀ, ਅਤੇ ਆਪਾਂ ਉਹਨਾਂ ਦੇ ਜਿੱਥੇ ਵਿਸ਼ਰਾਮ ਕਰਦੇ ਸੀ ਅਤੇ ਆਪਾਂ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਤੁਹਾਨੂੰ ਆਪਾਂ ਕੈਮਰਾਮੈਨ ਨੂੰ ਕਹਾਂਗੇ ਕਿ ਬਿਲਕੁਲ ਬਾਬਾ ਜੀ ਦਾ ਲੋਕ ਲੱਗਾ ਹੋਇਆ ਇਸ ਟਾਈਮ, ਅਤੇ ਅਸੀਂ ਉੱਦਾਂ ਹੀ ਬਾਬੇ ਜੀ ਪਲੰਘ ਜੀ ਦੇ ਦਰਸ਼ਨ ਕਰਵਾਉਣ ਡੇ ਹਾਂ ਤੁਹਾਨੂੰ। ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੋ ਸਕਦਾ ਸਕਰੀਨ ਜਿਹੜੀ ਆ, ਇੱਥੇ ਬਾਬਾ ਜੀ ਨੋਰਮਲ ਕਮਰੇ ਦੇ ਵਿੱਚ ਹੀ ਆਣ ਕੇ ਵਿਸ਼ਰਾਮ ਕਰਿਆ ਕਰਦੇ ਸੀ, ਨਾ ਉਹਨਾਂ ਨੂੰ ਕੋਈ ਲਾਲਚ ਸੀ, ਕੋਈ ਧਨ ਦੌਲਤ ਦਾ ਕੋਈ ਲਾਲਚ ਨਹੀਂ ਸੀ, ਇੱਕ ਨੋਰਮਲ ਜ਼ਿੰਦਗੀ ਜਿਹੜੀ ਉਹ ਬਸਰ ਕਰਦੇ ਰਹੇ ਅਤੇ ਆਮ ਜਨਤਾ ਨੂੰ ਵਧੀਆ ਇੱਕ ਪ੍ਰੇਰਨਾ ਦਿੰਦੇ ਰਹੇ ਆ ਸੰਤ ਜਰਨੈਲ ਸਿੰਘ ਜੀ ਪਿੰਡਰਾਂਵਾਲੇ, ਜੋ ਕਿ ਇਹ ਇਹਨਾਂ ਦਾ ਇੱਥੋਂ ਹੀ ਸ਼ੁਰੂਆਤ ਹੀ ਇੱਕ ਆਮ ਜ਼ਿੰਦਗੀ ਇੱਕ ਇਨਸਾਨ ਵਾਂਗੂ ਉਹਨਾਂ ਨੇ ਜੀ ਆ, ਕੋਈ ਉਹਨਾਂ ਕਾਰੋਬਾਰ ਕੋਠੀਆਂ ਕੋਈ ਧਨ ਦੌਲਤ ਨਾਲ ਮੋਹ ਨਹੀਂ ਸੀ, ਇੱਕ ਸਿਰਫ ਜਿਸ ਤਰ੍ਹਾਂ ਆਮ ਸੰਸਾਰ ਦੇ ਵਿੱਚ ਇੱਕ ਆਉਂਦੀ ਹੈ ਸੰਗਤ ਅਤੇ ਰਹਿ ਕੇ ਚੱਲ ਜਾਂਦੀ ਆ, ਇਸੇ ਤਰ੍ਹਾਂ ਹੀ ਬਾਬਾ ਜੀ ਦਾ ਇੱਕ ਕਮਰਾ ਸੀ, ਕੋਈ ਉਹਨਾਂ ਨੇ ਬਾਹਲੀਆਂ ਕੋਈ ਮੰਜ਼ਿਲਾਂ ਵਾਲੀਆਂ ਕੋਠੀਆਂ ਨਹੀਂ ਪਾਈਆਂ, ਕੋਈ ਬੰਗਲੇ ਨਹੀਂ ਪਾਏ, ਕੋਈ ਆਲੀਸ਼ਾਨ ਨਹੀਂ, ਕੋਈ ਧਨ ਦੌਲਤ ਨਾਲ ਪਿਆਰ ਨਹੀਂ ਸੀ, ਇੱਕ ਆਮ ਹੀ ਜਿਹੜਾ ਸਿੱਖੀ ਨਾਲ ਪਿਆਰ ਸੀ, ਸਿੱਖ ਧਰਮ ਨਾਲ ਪਿਆਰ ਸੀ ਉਹਨਾਂ ਨੂੰ, ਅਤੇ ਇੱਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਪਿਆਰ ਸੀਗਾ। ਅਤੇ ਆਪਾਂ ਤੁਹਾਨੂੰ ਬਾਬਾ ਜੀ ਦੇ ਫਿਰ ਇੱਕ ਵਾਰੀ ਦਰਸ਼ਨ ਕਰਾਉਂਦੇ ਹਾਂ ਪਲੰਘਾ ਸਾਹਿਬ ਦੇ, ਜਿੱਥੇ ਬਾਬਾ ਜੀ ਵਿਸ਼ਰਾਮ ਕਰਦੇ ਸੀਗੇ। ਸੰਤ ਜਰਨੈਲ ਸਿੰਘ ਪਿੰਡਰਾਲੇ ਜੀ ਉਹਨਾਂ ਦਾ ਇਹ ਪਲੰਘ ਆ ਜਿੱਥੇ ਕਿ ਆਣ ਕੇ ਵਿਸ਼ਰਾਮ ਕਰਿਆ ਕਰਦੇ ਸੀਗੇ।